ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਪੰਜਾਬ ਦੇ ਗਵਾਂਢ ਚੋਂ ਆਇਆ ਪੂਚਾਲ ਤਾਜ਼ਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਗਵਾਂਢ ਚੋਂ ਦੋਸਤੋ ਪੂਰ ਭਾਰਤ ਦੇ ਵਿੱਚ ਜਿਹੜਾ ਪੂਚਾਲ ਦੇ ਝੜਕੇ ਮਹਿਸੂਸ ਕੀਤੇ ਗਏ ਨੇ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਵੀਡੀਓ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਗਵਾਂਢੀ ਸੂਬੇ ਦੇ ਵਿੱਚ ਭਾਣਾ ਵਰਤ ਗਿਆ ਹੈ ਇੱਥੇ ਪੁਚਾਲ ਆਉਣ ਦੇ ਕਰਕੇ ਲੋਕ ਡਰ ਗਏ ਆ ਸਹਿਮ ਦਾ ਮਾਹੌਲ ਲੋਕਾਂ ਦੇ ਵਿੱਚ ਵੇਖਿਆ ਜਾ ਰਿਹਾ ਹੈ ਜਿਕਰ ਜੋਗ ਹੈ ਕਿ ਪਹਾੜਾਂ ਦਾ ਰਾਜਾ ਹਿਮਾਚਲ ਪ੍ਰਦੇਸ਼ ਚੋਂ ਪੁਚਾਲ ਆਇਆ ਹੈ ਜਿੱਥੇ ਚੰਬਾ ਚੋਂ ਪੁਚਾਲ ਦੇ ਛਟਕੇ ਅੱਜ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਉਥੇ ਹੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਹੈ ਕਿ ਰੈਕਟਰ ਸਕੇਲ ਤੇ ਪੁਚਾਲ ਦੀ ਤੀਬਰਤਾ 3.5 ਮਾਪੀ ਗਈ ਹੈ। ਉਥੇ ਹੀ ਕਿਸੇ ਵੀ ਤਰੀਕੇ ਦੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਕੋਈ ਵੀ ਅਜਿਹੀ ਖਬਰ ਸਾਹਮਣੇ ਨਹੀਂ ਆਈ। ਸਭ ਕੁਝ ਠੀਕ ਠਾਕ ਦੱਸਿਆ ਜਾ ਰਿਹਾ ਹੈ। ਉੱਤੇ ਹੀ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਚੰਬਾ ਵਿੱਚ 3.5 ਤੇ 3.6 ਦੀ ਤੀਬਰਤਾ ਨਾਲ ਪੁਚਾਲ ਆਏ ਸਨ। ਸੋ ਇਹ ਪੁਚਾਲ ਕਰੀਬ 12:30 ਵਜੇ ਦੇ ਨੇੜੇ ਤੇੜੇ ਮਹਿਸੂਸ ਕੀਤਾ ਗਿਆ। ਸੋ ਇਸ ਦੀ ਤੀਬਰਤਾ 3.5 ਰੈਕਟਰ ਪੈਮਾਨੇ ਤੇ ਮਾਪੀ ਗਈ ਹੈ ਮੌਸਮ ਵਿਭਾਗ ਨੇ Shimla ਕੇਂਦਰ ਦੇ ਵਿੱਚ ਪੁਚਾਲ ਦੀ ਪੁਸ਼ਟੀ ਕੀਤੀ ਆ ਇਸ ਵਕਤ ਲਗਾਤਾਰ ਪੁਚਾਲ ਦੇ ਝਟਕੇ ਉੱਥੇ ਮਹਿਸੂਸ ਕੀਤੇ ਗਏ ਜ਼ਿਕਰਯੋਗ ਹੈ ਕਿ ਸਿਰਫ ਚੰਬਾ ਨਹੀਂ ਸਗੋ ਆਲੇ-ਦੁਆਲੇ ਵੀ ਝਟਕੇ ਮਹਿਸੂਸ ਕੀਤੇ ਗਏ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਨੌਰ Shimla ਤੇ ਬਲਾਸਪੁਰ ਦੀ ਇੱਥੇ ਵੀ ਹਾਲਾਤ ਸਵੇਦਨਚੀਲ ਹਨ ਏ ਵੀ ਸੰਵੇਦਨਸ਼ੀਲ ਜ਼ੋਨ ਹੈ ਤੇ ਲੋਕਾਂ ਦੇ ਵਿੱਚ ਫਿਲਹਾਲ ਸਹਮ ਦਾ ਮਾਹੌਲ ਪਾਇਆ ਗਿਆ ਪਰ ਦੋਸਤੋ ਚੰਗੀ ਗੱਲ ਇਹ ਹੈ ਕਿ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਜੇਕਰ ਤੁਸੀਂ ਭਚਾਲ ਦੇ ਝਟਕੇ ਮਹਿਸੂਸ ਕੀਤੇ ਸੀ ਤਾਂ ਕਮੈਂਟ ਸੈਕਸ਼ਨ ਚ ਯੈਸ ਲਿਖ ਸਕਦੇ ਹੋ ਨਹੀਂ ਤਾਂ ਨੋ ਵੀ ਲਿਖ ਸਕਦੇ ਹੋ ਪਰ ਇਸ ਦੇ ਜ਼ਿਆਦਾਤਰ ਝਟਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਚੰਬਾ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਜਿੱਥੇ 3.5% ਜਿਹੜਾ ਉਚਾਲ ਦੀ ਤੀਬਰਤਾ ਮਾਪੀ ਗਈ ਆ ਰੈਕਟਰ ਪਮਾਨੇ ਤੇ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਧੰਨਵਾਦ